अज किसान मजदूर संघर्ष कमेटी पंजाब दे वल्लों कपूरथला जिले के सारे मार्केट कमेटी दफ्तरां दा घिराओ किया गया। इस प्रदर्शन के दौरान किसानों के वलों केंद्र सरकार अते पंजाब सरकार के खिलाफ जम के नारेबाजी की गई। देश के प्रधानमंत्री नरेंद्र मोदी का पुतला भी फूकया गया ते नाल ही पंचायत मंत्री कुलदीप सिंह धालीवाल वल्लों दिते गए एक बयान नूं लैके तिखी शब्दावली भी वरती गई। इस प्रदर्शन के दौरान किसान संघर्ष कमेटी के जिला प्रधान सरवन सिंह बाऊपुर ने कहा कि जो कल रात प्रधानमंत्री नरेंद्र मोदी वल्लों बिजली सोध बिल जो कि पास किए गए हैं उन्हें बिलों के विरोध के अज पूरे पंजाब दे विच किसानों वालों मोदी सरकार के पुतले फूके गए हैं और पंजाब भर के मार्केट कमेटी दफ्तर के मंग पत्र भी दिए गए हैं। किसान जिला प्रधान ने दसाया कि अज जिला कपूरथला के उन्होंने वालों चार स्थानों पर मार्केट कमेटी दफ्तर मंग पत्र सौंपे गए हैं जिन्हों के भुलथ ढिलवा कपूरथला और सुल्तानपुर लोधी के दफ्तर शामिल ने। होर की कहना से उन्होंने आओ सुना गए पत्र भी सौंपे गए कारण मामला वाहेगुरु जी का खालसा ਵਾਹਿਗੁਰੂ ਜੀ ਕੀ ਫਤਿਹ। ਮੈਂ ਸਰਵਣ ਸਿੰਘ ਬਾਊਪੁਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਜ਼ਿਲ੍ਹਾ ਕਪੂਰਥਲਾ ਪ੍ਰਧਾਨ ਜੀ। ਜੋ ਕੱਲ੍ਹ ਪਰਸੋਂ ਮੋਦੀ ਸਰਕਾਰ ਨੇ ਰਾਤੋਂ ਰਾਤ ਆਰਡੀਨੈਂਸ ਲਿਆ ਕੇ ਅਤੇ ਬਿਜਲੀ ਸੋਧ ਬਿੱਲ 2022 ਪਾਸ ਕਰਤਾ, ਉਹਦੇ ਵਿਰੋਧ ਦੇ ਵਿੱਚ ਕੱਲ੍ਹ ਤੋਂ ਹੀ ਜਥੇਬੰਦੀ ਲਗਾਤਾਰ ਲੱਗੀ ਆ ਅਤੇ ਅੱਜ ਪੂਰੇ ਪੰਜਾਬ ਭਰ ਦੇ ਵਿੱਚ ਪੁਤਲੇ ਫੂਕੇ ਗਏ ਆ, ਮਾਰਕੀਟ ਕਮੇਟੀਆਂ ਦੇ ਵਿੱਚ ਮੰਗ ਪੱਤਰ ਦਿੱਤੇ ਗਏ ਆ। ਅਤੇ ਉਸੇ ਕੜੀ ਦੇ ਵਿੱਚ ਅਸੀਂ ਕਪੂਰਥਲੇ ਜ਼ਿਲ੍ਹੇ ਵੱਲੋਂ ਚਾਰ ਥਾਵਾਂ 'ਤੇ ਮੰਗ ਪੱਤਰ ਦਿੱਤੇ ਆ। ਕਪੂਰਥਲੇ ਦੇ ਵਿੱਚ ਮਾਰਕੀਟ ਕਮੇਟੀ, ਭੁਲੱਥ ਮਾਰਕੀਟ ਕਮੇਟੀ ਅਤੇ ਢਿਲਵਾਂ ਮਾਰਕੀਟ ਕਮੇਟੀ ਅਤੇ ਸੁਲਤਾਨਪੁਰ ਲੋਧੀ ਮਾਰਕੀਟ ਕਮੇਟੀ, ਇਹਨਾਂ ਚਾਰ ਮਾਰਕੀਟ ਕਮੇਟੀਆਂ ਦੇ ਵਿੱਚ ਸਾਡੇ ਜੂਨਾਂ ਦੇ ਪ੍ਰਧਾਨਾਂ ਦੀ ਅਗਵਾਈ ਹੇਠ ਸਾਰਿਆਂ ਨੇ ਮੰਗ ਪੱਤਰ ਦਿੱਤੇ ਆ। ਇਹਦੇ ਵਿੱਚ ਬਿਜਲੀ 'ਤੇ ਬਹੁਤ ਵੱਡਾ ਡਾਕਾ ਪੈ ਰਿਹਾ, ਇਸੇ ਤਰ੍ਹਾਂ ਪਾਣੀਆਂ 'ਤੇ ਬਹੁਤ ਵੱਡਾ ਡਾਕਾ ਪੈ ਰਿਹਾ। 23 ਕੁਇੰਟਲ ਝੋਨੇ ਦੀ ਸ਼ਰਤ ਸਰਕਾਰ ਨੇ ਰੱਖੀ ਆ ਅਤੇ ਨਾਲ ਫਰਦਾਂ। ਸਾਡੇ ਕਿਸਾਨ ਇਹੋ ਜਿਹੇ ਆ ਕੇ ਠੇਕੇ 'ਤੇ ਜ਼ਮੀਨਾਂ ਵਾਹ ਰਹੇ ਆ, ਸਾਡੇ ਪਰਿਵਾਰਾਂ ਦੇ ਲੋਕ ਦੇਸ਼ਾਂ ਪ੍ਰਦੇਸ਼ਾਂ ਦੇ ਵਿੱਚ ਵਸੇ ਆ, ਜ਼ਮੀਨਾਂ ਉਹਨਾਂ ਦੇ ਨਾਲ ਆ ਅਤੇ ਵਾਹ ਹੀ ਰਹੇ ਹਾਂ। ਜੇ ਫਰਦਾਂ ਦੇ ਆਧਾਰ 'ਤੇ ਚੱਲਾਂਗੇ ਤਾਂ ਅਸੀਂ ਕਿਸੇ ਕੀਮਤ 'ਤੇ ਪੂਰੇ ਨਹੀਂ ਰਹਿ ਸਕਦੇ। ਇਸ ਕਰਕੇ ਫਰਦਾਂ ਵਾਲਾ ਕੰਮ ਅਸੀਂ ਮੁੱਢੋਂ ਰੱਦ ਕੀਤਾ, ਜੋ 23 ਕੁਇੰਟਲ ਸ਼ਰਤ ਰੱਖੀ ਆ ਉਹ ਮੁੱਢੋਂ ਰੱਦ ਕੀਤਾ। ਕਿਉਂਕਿ ਅਸੀਂ ਇਹ ਗੱਲ ਕਹਿੰਦੇ ਕਿ ਜਿੰਨੀ ਫਸਲ ਆਉਂਦੀ ਕਿਸੇ ਦੀ 30 ਕੁਇੰਟਲ, ਕਿਸੇ ਦੀ 25 ਕੁਇੰਟਲ ਆ, ਸਰਕਾਰ ਕੀ ਕਰ ਰਹੀ ਆ ਅਤੇ ਸਾਡੀ ਖੇਤੀਬਾੜੀ ਯੂਨੀਵਰਸਿਟੀ ਜਿਹੜੀ ਲੁਧਿਆਣਾ ਉਹ ਇਹ ਗੱਲ ਸਾਨੂੰ ਬੀਜ ਦੇਣ ਵੇਲੇ ਕਹਿੰਦੇ ਆ ਕਿ 32 ਤੋਂ 33 ਕੁਇੰਟਲ ਝੋਨਾ ਝੜਨਾ ਅਤੇ ਸਰਕਾਰ ਜਿਹੜੀ ਉਹ 23 ਕੁਇੰਟਲ ਝੋਨੇ ਦਾ ਖਰੀਦ ਕਰ ਰਹੀ ਆ। ਅਸੀਂ ਇਹ ਗੱਲ ਕਹਿਣੀ ਚਾਹੁੰਦੇ ਕਿ ਤੁਸੀਂ ਆਪ ਇਹਦੀ ਸਲਾਹ ਤਾਂ ਕਰ ਲਓ, ਕਿਉਂਕਿ ਉਹ ਵੀ ਸਰਕਾਰੀ ਲਿਮਿਟਡ ਯੂਨੀਵਰਸਿਟੀ ਆ ਅਤੇ ਜੇ ਤੁਹਾਨੂੰ ਇਹ ਨਹੀਂ ਪਤਾ ਇੱਕ ਧਿਰ 32 ਕੁਇੰਟਲ ਝੋਨੇ ਦਾ ਝਾੜ ਦੇਣ ਡਈ ਆ ਅਤੇ ਖਰੀਦ ਵਾਲੇ ਜਿਹੜੇ ਆ ਉਹ 23 ਕੁਇੰਟਲ ਦੇ ਰਹੇ ਆ। ਅਸੀਂ ਇਹਨੇ ਵੀ ਸਾਰੇ ਵਿਚਾਰ ਕਰਕੇ ਅਤੇ ਤੁਸੀਂ ਸਾਂਝਾ ਕੋਈ ਬਿਆਨ ਦਿਓ ਜਿਹਦੇ ਵਿੱਚ ਕਿਸਾਨਾਂ, ਮਜ਼ਦੂਰਾਂ, ਮੁਲਾਜ਼ਮਾਂ, ਦੁਕਾਨਦਾਰਾਂ ਦੇ ਹਿੱਤ ਦਾ ਹੋਵੇ। ਇਸ ਕਰਕੇ ਅਸੀਂ ਬਹੁਤ ਵੱਡੀ ਲੜਾਈ ਲੜ ਰਹੇ, ਇੱਕ ਸੰਕੇਤ ਦੇ ਰਹੇ ਹਾਂ ਪਿਛਲੇ ਖੇਤੀ 3 ਕਾਨੂੰਨਾਂ ਨੂੰ ਕਿ ਜੇ ਸਰਕਾਰ ਇਹਨਾਂ ਕੰਮਾਂ ਤੋਂ ਨਾ ਬਾਜ ਆਈ 23 ਤਰੀਕ ਨੂੰ ਸਾਡੀ ਸੂਬਾ ਕੋਰ ਕਮੇਟੀ ਦੀ ਮੀਟਿੰਗ ਆ, ਉਹਦੇ ਵਿੱਚ ਫੈਸਲਾ ਲੈ ਕੇ ਅਤੇ ਵੱਡੇ ਸੰਘਰਸ਼ਾਂ ਦਾ ਐਲਾਨ ਕਰਾਂਗੇ। ਮੋਦੀ ਸਰਕਾਰ ਨੂੰ ਉਸੇ ਪੈਰੀ ਪਿਛਲੇ ਪੈਰੀ ਘੱਲਾਂਗੇ ਜਿਸ ਤਰ੍ਹਾਂ ਖੇਤੀ 3 ਕਾਨੂੰਨਾਂ ਦੇ ਵਿੱਚ ਵਾਪਸ ਘੱਲਿਆ, ਉਸੇ ਤਰ੍ਹਾਂ ਬਿਜਲੀ, ਪਾਣੀ ਅਤੇ ਜੋ ਫਰਦਾਂ ਦੀਆਂ ਸ਼ਰਤਾਂ ਇਸੇ ਤਰ੍ਹਾਂ ਵਾਪਸ ਘੱਲਾਂਗੇ। ਤੁਹਾਡਾ ਧੰਨਵਾਦ ਸਾਰਿਆਂ ਦਾ। ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਜ਼ਿਲ੍ਹਾ ਕਪੂਰਥਲਾ ਜੋਨ ਸੁਲਤਾਨਪੁਰ ਲੋਧੀ ਤੋਂ ਸ਼ੇਰ ਸਿੰਘ ਮਹੀਵਾਲ ਬੇਨਤੀ ਕਰ ਰਿਹਾ ਜੀ। ਇੱਕ ਤਾਂ ਜੋ ਮਾਰਕੀਟ ਕਮੇਟੀ ਨੂੰ ਅੱਜ ਮੰਗ ਪੱਤਰ ਦਿੱਤਾ ਗਿਆ ਵਾ ਉਹ ਇਸ ਕਰਕੇ ਸੌਂਪਿਆ ਗਿਆ ਕਿ ਜਿਹੜੀ ਸਰਕਾਰ ਆ, ਜਿਹੜੀ ਵੀ ਸਰਕਾਰ ਬਣਦੀ ਆ, ਉਹ ਕਾਰਪੋਰੇਟ ਘਰਾਣਿਆਂ ਦੀ ਝੋਲੀ ਚੋਕੀ ਬਣਦੀ ਆ। ਇਸੇ ਤਰ੍ਹਾਂ ਭਗਵੰਤ ਮਾਨ ਸਰਕਾਰ ਜਿਹੜੀ ਉਹ ਵੀ ਕਾਰਪੋਰੇਟ ਘਰਾਣਿਆਂ ਦੀ ਝੋਲੀ ਚੁੱਕ ਬਣ ਕੇ ਅਤੇ ਕਿਸਾਨਾਂ ਦੇ ਉੱਤੇ ਬੇਲੋੜੀਆਂ ਜਿਹੜੀਆਂ ਸ਼ਰਤਾਂ ਲਾ ਰਹੀ ਆ ਵੀ ਜਿਹੜਾ ਅਸੀਂ ਝੋਨਾ ਵਾ 23 ਕੁਇੰਟਲ ਚੁੱਕਾਂਗੇ ਅਤੇ ਜਿਹੜਾ ਬਾਕੀ ਝੋਨਾ ਵਾ ਅਸੀਂ ਪੁੱਛਣਾ ਚਾਹੁੰਦੇ ਉਹ ਕਿੱਥੇ ਜਾਣਾ ਵਾ। ਪਰ ਸਾਨੂੰ ਇਹ ਪਤਾ ਵੀ ਇਹ ਕਾਰਪੋਰੇਟ ਘਰਾਣੇ ਦੀਆਂ ਨੀਤੀਆਂ ਲਾਗੂ ਕਰਨਾ ਚਾਹੁੰਦੇ ਆ ਵੀ 23 ਕੁਇੰਟਲ ਝੋਨਾ ਤਾਂ ਕਿਸਾਨ ਦਾ ਖਰੀਦ ਲਓ, ਜਿਹੜਾ ਉੱਪਰਲਾ ਝੋਨਾ ਵਾ ਉਹ ਜਿਹੜਾ ਵਪਾਰੀ ਆ ਉਹਦੇ ਰਹਿਮੋ ਕਰਮ ਉੱਤੇ ਛੱਡ ਦਿੱਤਾ ਜਾਵੇ।
इस करके असी इन्हों मंग पत्र दिता भी यह जी शर्त आ ये मुढ़ तो खारज की जाए ये किसानों ये मजदूरों ये पंजाब के वासियों जी बिल्कुल मंजूर नहीं गा क्योंकि सरकार का ने वादा किया वा और सरकार की जिम्मेवारी आ कि दाणा दाणा जिहड़ा वा मंडी के विचों ही चुकांगे।